ਹੈਲੋ, ਮੇਰਾ ਨਾਂ ਚੌਧਰੀ ਰਜਿੰਦਰ ਨਿੱਜਰ ਹੈਗਾ ਤੇ ਮੈਂ ਪੰਡੂਰੀ ਨਿੱਜਰਾਂ ਦਾ ਜੱਟ ਹੈਗਾ। ਜਿੰਨਾ ਚਿਰ ਤੁਸੀਂ ਬ੍ਰਹਮ ਕੇ ਬੇਟੇ ਨਹੀਂ ਬਣਦੇ, ਪਾਪ ਬ੍ਰਹਮ ਦੇ ਬੇਟੇ ਨਹੀਂ ਬਣ ਸਕਦੇ। ਬ੍ਰਹਮਾ ਜਿਹੜਾ ਹੈਗਾ ਇਹ ਸਾਡਾ ਨੈਚੁਰਲ ਕ੍ਰੀਏਟਰ ਹੈਗਾ, ਕ੍ਰੀਏਟਰ ਆਫ ਨੇਚਰ, ਨੈਚੁਰਲ ਫਾਦਰ। ਪਾਰ ਬ੍ਰਹਮ ਜਿਹੜਾ ਹੈਗਾ ਸਾਡਾ ਸੁਪਰ ਨੈਚੁਰਲ ਫਾਦਰ ਹੈਗਾ। ਪਾਰ ਬ੍ਰਹਮ ਨਜ਼ਰ ਨਹੀਂ ਆਉਂਦਾ, ਬ੍ਰਹਮਾ ਦੀ ਸ੍ਰਿਸ਼ਟੀ ਸਾਰੀ ਨਜ਼ਰ ਆਉਂਦੀ ਦੋ ਅੱਖਾਂ ਨਾਲ। ਪਾਪ ਬ੍ਰਹਮ ਮਨ ਦੀ ਤੀਜੀ ਅੱਖ ਨਾਲ ਨਜ਼ਰ ਆਉਂਦਾ ਹੈਗਾ, ਦੇਖੀ ਦਾ ਹੈਗਾ, ਦੇਖੀ ਦਾ ਨਹੀਂ। ਸ੍ਰਿਸ਼ਟੀ ਜਿਹੜੀ ਬ੍ਰਹਮਾ ਦੀ ਉਹ ਦੇਖੀ ਦੀ ਹੈਗੀ। ਇਹ ਜਿਹੜੀ ਹੈਗਾ ਖਾਣ ਨੂੰ ਦਿੰਦਾ ਬ੍ਰਹਮਾ ਦਿੰਦਾ ਹੈਗਾ, ਤੇ ਜਿਹੜਾ ਕੰਨ ਨੂੰ ਦਿੰਦਾ ਨਾ, ਕੰਨ ਨੂੰ ਜਿਹੜਾ ਖਾਣ ਨੂੰ ਦਿੰਦਾ ਹੈਗਾ ਉਹ ਪਾਰ ਬ੍ਰਹਮ ਦਿੰਦਾ ਹੈਗਾ। ਸ਼ਬਦ ਮਿਲਾਵਾ ਹੋਵੇ ਤੇ ਇਸ ਕਰਕੇ ਤੁਸੀਂ ਪਹਿਲਾਂ ਬ੍ਰਹਮ ਕੇ ਬੇਟੇ ਪੜ੍ਹੋ, ਫਿਰ ਤੁਸੀਂ ਜਦੋਂ ਸੁਰਤੀ ਆ ਜਾਏਗੀ ਫਿਰ ਤੁਸੀਂ ਪਾਰ ਬ੍ਰਹਮ ਦੇ ਬੇਟੇ ਬਣਦੇ ਹੈ। ਤੇ ਬ੍ਰਹਮ ਕੇ ਬੇਟੇ ਲਈ ਹੈਗਾ ਆ ਹੈਗਾ ਚਾਰਟ, ਆਦਮ। ਆਦਮ ਜਿਹੜਾ ਬ੍ਰਹਮ ਨੇ ਪੈਦਾ ਕੀਤਾ, ਇਹ ਸਾਰੀ ਧਰਤੀ ਜਿਹੜੀ ਆਦਮ ਦੀ ਹੈਗੀ, ਆਦਮ ਤੇ ਉਹਦੇ ਪੁੱਤਰਾਂ ਦੀ ਹੈਗੀ। ਤੇ ਆ ਹੈਗਾ ਪਾਰ ਬ੍ਰਹਮ ਗੋਡ, ਇੱਥੇ ਆਉਂਦਾ ਹਿੰਦੂ ਚ। ਇਹ ਦਿਲ ਦੇ ਹੈਗੇ ਨੇ, ਇਹਨਾਂ ਨਾਦੀ ਨੂੰ ਚਾਹੀਦਾ, ਬੋਲਿਆ ਪਤਾ ਲੱਗਦਾ ਵੀ ਇਹ ਕੁਛ ਸਿੱਖਿਆ ਕਿਆ ਵੀ ਹੈਗਾ। ਤੇ ਆਹ ਜਿਹੜਾ ਹੈਗਾ ਇਹ ਸਪਿਰਚੁਅਲ ਸੈਲਫ ਹੈਗਾ ਗੋਡ ਦਾ। ਗੋਡ ਜਿਹੜਾ ਲਾਈਫ ਹੈਗੀ, ਇਹਦੇ ਬਿਨਾਂ ਜਿੰਦਾ ਨਹੀਂ ਰਹਿੰਦਾ ਆਦਮੀ, ਰੂਹ ਬਿਨਾਂ। ਇਸ ਕਰਕੇ ਜਿਹੜੀ ਔਰਤ ਹੁੰਦੀ ਹੈਗੀ ਉਹ ਖੂਨ ਦੇਣ ਕਰਕੇ ਉਹ ਪਾਰ ਬ੍ਰਹਮ ਦੀ ਹਮਿਆਤੀ ਹੈਗੀ, ਪਾਰ ਬ੍ਰਹਮ ਦੀ ਵੱਲੋਂ ਹੈਗੀ। ਤੇ ਆਦਮੀ ਜਿਹੜਾ ਹੈਗਾ ਆਦਮ ਵੱਲੋਂ, ਕਹਿੰਦਾ ਨਾ ਬੰਦੇ ਦਾ ਪੁੱਤ ਬਣ, ਇੱਥੇ ਬੰਦੇ ਦਾ ਪੁੱਤ ਬਣੋਗੇ ਤਾਂ ਤੁਹਾਨੂੰ ਪਾਰ ਬ੍ਰਹਮ ਦੀ ਸੁਰਤੀ ਆਏਗੀ। ਜੇ ਸ਼ੈਤਾਨ ਦੇ ਹੈਗੇ ਆ, ਜਿੱਦਾਂ ਸਿੱਖ ਕੌਮ ਬਣਾਈ ਬੈਠੇ ਨੇ ਤੇ ਹਿੰਦੂ ਹਿੰਦੂ ਕੌਮ, ਜਾਂ ਜਿੱਦਾਂ ਕਿ ਸਾਡੇ ਜੱਟ ਹੈਗੇ, ਹਿੰਦੂ ਜੱਟ, ਸਿੱਖ ਜੱਟ ਤੇ ਮੁਸਲਮਾਨ ਜੱਟ, ਇਹ ਕੋਈ ਕੌਮਾਂ ਨਹੀਂ ਹੈਗੀਆਂ, ਇੱਥੇ ਸਿਰਫ ਜੱਟ ਕੌਮ ਹੈਗੀ। ਜੇ ਜੱਟ ਕੌਮ ਹੁੰਦੀ ਤਾਂ ਇੱਕ ਦੂਜੇ ਨੂੰ ਮਾਰਦੇ ਨਾ 1947 'ਚ, ਇਕੱਠੇ ਰਹਿੰਦੇ, ਛੋਟੂ ਰਾਮ ਨੇ ਇਕੱਠੇ ਕੀਤੇ ਹੋਏ ਸੀਗੇ। ਇਸ ਕਰਕੇ ਸ਼ੈਤਾਨ ਨੇ ਤੁਹਾਨੂੰ ਆਪਣੀ ਕੌਮ ਭੁਲਾਏ ਭੁਲਾਈ, ਕੌਮ ਭੁਲਾਉਣ ਨਾਲ ਤੇ ਤੁਸੀਂ ਇੱਕ ਦੂਜੇ ਨੂੰ ਮਾਰਿਆ ਹੈਗਾ। ਹੁਣ ਵੀ ਜੇ ਤੁਸੀਂ ਆਪਣੇ ਐਸ ਬ੍ਰਹਮ ਕੇ ਬੇਟੇ ਬਣ ਜਾਓ ਤਾਂ ਤੁਹਾਨੂੰ ਉਹ ਹਿਫਾਜ਼ਤ ਕਰੇਗਾ। ਬ੍ਰਹਮ ਨੂੰ ਖੁਦਾ ਕਹਿੰਦੇ ਨੇ ਤੇ ਹੀਬਰੂ ਵਿੱਚ ਯਾਵੇ ਕਹਿੰਦੇ ਨੇ, ਤੇ ਪਾਰ ਬ੍ਰਹਮ ਨੂੰ ਕਹਿੰਦੇ ਨੇ ਐਲੋਹੀਅਮ, ਅੱਲਾ। ਪਾਰ ਬ੍ਰਹਮ ਇੱਕੋ ਚੀਜ਼ ਹੈਗੀ, ਅੱਲਾ ਜਿਹੜਾ ਹੈਗਾ ਇਲਾ ਤੋਂ ਬਣਿਆ, ਇਲਾ ਹੈਗਾ ਕਬੀਲੇ ਦਾ ਪਿਓ, ਆ ਕਬੀਲੇ ਦਾ ਪਿਓ ਇਲਾ, ਤੇ ਜਿਹੜਾ ਹੈਗਾ ਅਲ ਇਲਾ, ਅਲ ਇਲਾ ਦੀ ਸਪਿਰਚੁਅਲ ਫਾਦਰ, ਆ ਹੈਗਾ ਸਪਿਰਚੁਅਲ ਫਾਦਰ। ਪਾਰ ਬ੍ਰਹਮ ਤੇ ਅੱਲਾ ਚ ਕੋਈ ਫਰਕ ਨਹੀਂ ਹੈਗਾ। ਤੇ ਆ ਹੈਗਾ ਸਤਿਗੁਰੂ ਮੱਤ ਵੇਲਾ ਹੈਗਾ, ਆ ਹੈਗਾ ਜਿਹੜਾ ਬ੍ਰਾਹਮਣ ਹੁੰਦੇ ਸੀਗੇ ਦੇਵਤਾ, ਦੇਵਤਾ ਇੱਥੇ ਹੈਗੇ ਨੇ ਜਿਹੜੇ ਸੁਰਗ ਨਰਕ ਇੱਥੇ ਹੈਗਾ। ਤੇ ਆ ਹੈਗਾ ਪਾਰ ਬ੍ਰਹਮ ਜੀ, ਸੰਤ ਹੈਗੇ ਨੇ ਪਾਰ ਬ੍ਰਹਮ ਦੇ, ਇੱਥੇ ਸੰਤ ਆਉਂਦੇ ਨੇ ਭਗਤ। ਤੇ ਕਿਉਂ ਇੱਥੇ ਇੱਥੇ ਰੂਹ ਦਾ ਹੈਗਾ ਨਾ, ਸਿਰਫ ਰੂਹ ਦੇ ਵਿੱਚ ਨਾ ਭਗਤ ਨਹੀਂ ਹੁੰਦੀ, ਨਾ ਸਿੱਖ, ਸਿੱਖ ਸਿੱਖ ਹੀ ਹੁੰਦਾ, ਸਿੱਖਣੀ ਨਹੀਂ ਹੁੰਦੀ ਕੋਈ ਵੀ। ਤੇ ਬਹੁਤ ਸਾਰੀਆਂ ਗਲਤੀਆਂ ਹੈਗੀਆਂ ਨੇ ਜਿਹੜੀਆਂ ਕਿ ਲੋਕਾਂ ਨੇ ਪ੍ਰਚਲਿਤ ਕੀਤੀਆਂ ਨੇ, ਤੇ ਇਸ ਕਰਕੇ ਤੁਸੀਂ ਬਹੁਤ ਸਫ਼ਰ ਕਰੋਗੇ। ਆਹ ਮੇਰੀ ਕਿਤਾਬ ਹੈਗੀ ਕੱਖੋਲੇ ਇਲਾਕੇ, ਮੁਫ਼ਤ ਹੈਗੀ ਮਿਲਦੀ, ਜੇ ਕਿਸੇ ਨੂੰ ਚਾਹੀਦੇ ਤਾਂ ਦੱਸੇ, ਅਤੇ ਨਵਾਂ ਸ਼ਹਿਰ ਪਈਆਂ ਨੇ ਅਤੇ ਵੰਡ ਦੇਵੇ ਤਾਂ ਚੰਗਾ ਹੈਗਾ। ਬਾਕੀ ਹੈਗਾ ਸਤਿਗੁਰੂ ਅਰਜਨ ਦੇਵ ਜੀ ਦੇ ਸਲੋਕ ਜਿਹੜੇ ਹੈਗੇ ਨੇ ਉਹ ਚਿੱਤ ਬਿਰਤੀ ਦੇ ਸੀਗੇ, ਸਿੱਖ ਉਹ ਆਹ ਸੀਗਾ ਨਾ ਚਾਰ ਬਿਰਤੀਆਂ ਨਾ, ਹੋਮੇ, ਮਨ, ਬੁੱਧੀ ਤੇ ਚਿੱਤ ਬਿਰਤੀ। ਤੇ ਇਹ ਸਤਿਗੁਰੂ ਅਰਜਨ ਦੇਵ ਜੀ ਚਿੱਤ ਬਿਰਤੀ ਦੇ ਸਿੱਖ ਸਨ, ਤੇ ਆ ਸਤਿਗੁਰੂ ਅੰਗਦ ਦੇਵ ਜੀ ਨੇ ਹੋਮੇ ਮਾਰੀ, ਹੋਮੇ ਮਾਰ ਕੇ ਉਹਨਾਂ ਨੂੰ ਕੁਸ਼ਤੀਆਂ ਕਰਾਉਂਦੇ ਸੀ, ਉਹਨਾਂ ਨੇ
ਹੱਥ ਨਹੀਂ ਕਿਸੇ ਦੇ ਚੱਕਿਆ, ਮੁੰਮੇ ਮਾਰੀ, ਫਿਰ ਉਹਨਾਂ ਨੂੰ ਸੁਰਤੀ ਵਾਲਿਆਂ ਨੂੰ ਫਿਰ ਸਤਿਗੁਰੂ ਅਮਰਦੇਵ ਜੀ ਹੱਥ ਫੜਾਇਆ, ਉਹਨਾਂ ਨੇ ਦੁਬਧਾ ਭੰਡੇ, ਫਿਰ ਉਹਨਾਂ ਨੇ ਰਾਮਦਾਸ ਜੀ ਦੇ ਹੱਥ ਫੜਾਇਆ, ਉਹਨਾਂ ਨੇ ਫਿਰ ਗੀਤ ਗਾਏ ਪਾਰ ਬ੍ਰਹਮ ਦੇ, ਪਾਰ ਬ੍ਰਹਮ ਦੇ ਗੀਤ ਗਾਏ ਤੇ ਦੁਨੀਆਂ ਦਾ ਮੋਹ ਉਹਨਾਂ ਨੇ ਭੰਡਿਆ। ਫਿਰ ਪਾਇਆ ਪ੍ਰਭ ਅਵਿਨਾਸ਼ੀ, ਚਾਰ ਲਾਵਾਂ ਨਾ, ਚਾਰੇ ਲਾਵਾਂ ਇਸ ਲਈ ਆਉਂਦੀਆਂ ਨੇ, ਬਾਣੀ ਬ੍ਰਹਮ ਵੇਦ ਜਿਹੜੋ ਵਾਪਸ ਗਿਆ ਬਲਰਾਮ ਜੀ ਉਹ, ਤੇ ਆਹ ਇਹ ਚਾਰੀਆਂ ਉਹ ਵੀ ਲਾਵਾਂ ਹੈਗੇ ਨੇ। ਚੌਥੀ ਲਾਮ ਜਿਹੜੀ ਹੈਗੀ ਇੱਥੇ ਚਿੱਤੀ ਮਿੱਟੀ ਚ ਪੰਦਾ ਆਦਮੀ ਲਾਮ ਹੁੰਦੀ ਜਿਹੜੀ ਪਾਣੀ ਕੱਢਣ ਲਈ, ਇਸ ਲਈ ਸਿੱਖ ਨੂੰ ਉੱਪਰ ਚੱਕਣ ਲਈ ਇਹ ਲਾਵਾਂ ਹੈਗੀਆਂ ਨੇ। ਤੇ ਜਿਹੜੇ ਹੈਗੇ ਨਾ ਆਪਣੇ ਸੁਰਤੀ ਵਾਲਿਆਂ ਲਈ ਹੈਗਾ, ਆ ਜਿਹੜੇ ਸਿੱਖ ਦਾ ਨਾ ਕੋਈ ਬੈਰੀ ਨਾ ਹੈ ਬਗਾਨਾ, ਭਾਈ ਘਨੱਈਆ ਜੀ ਜਿਵੇਂ ਸੀਗੇ ਉਹ ਸਿੱਖ ਸੀਗੇ, ਤੇ ਖਾਲਸਾ ਆਪਣਾ ਕੰਮ ਕਰੀ ਜਾਂਦਾ ਸੀ ਵੱਢਣ ਕੁੱਟੀ ਦਾ। ਚਾਰ ਪੰਥ ਹੈਗੇ ਨਾ, ਪਹਿਲਾ ਹਿੰਦੂ, ਦੂਜਾ ਸਿੱਖ। ਹਿੰਦੂ ਨਾਲ ਤਨ ਨਿਰਮਲ ਹੁੰਦਾ, ਸਿੱਖ ਨਾਲ ਮਨ ਨਿਰਮਲ ਹੁੰਦਾ ਹੈਗਾ। ਫਿਰ ਜਦੋਂ ਖਾਲਸ ਹੋ ਜਾ ਫਿਰ ਤੀਜਾ ਪੰਥ ਖਾਲਸਾ ਹੈਗਾ, ਚੌਥਾ ਨਿਰਮਲੇ ਸੰਤਾਂ ਦਾ ਹੈਗਾ। ਜਿਹੜੀ ਹਿੰਦੂ ਨੇ ਕਰਨੀ ਹੈਗੀ, ਹਿੰਦੂ ਦੇ ਹੈਗਾ ਵੀ ਜੇ ਕੁਛ ਪੇੜ ਮਾਰੋ ਉਹਨੇ ਦੋ ਵੱਟ ਕੇ ਮਾਰਨੀਆਂ ਨੇ। ਸਿੱਖ ਨੇ ਉਲਟ ਕਰਨੀ ਹੈਗੀ, ਜੇ ਕੋਈ ਚਪੇੜ ਮਾਰੇ ਉਹਨੇ ਦੂਜੀ ਗੱਲ ਕਰਨੀ ਹੈਗੀ, ਤੇ ਖਾਲਸੇ ਨੇ ਉਲਟ ਕਰਨੀ ਹੈਗੀ, ਉਹਨੇ ਕਿਰਪਾਨ ਬੋਲੀ ਹੈਗੀ ਲੋਹੇ ਦੀ ਦੁਸ਼ਟਾਂ ਨੂੰ ਮਾਰਨ ਲਈ, ਤੇ ਨਿਰਮਲ ਸੰਤਾਂ ਨੇ ਨਾਮ ਦਾ ਖੰਡਾ ਚਲਾਉਣਾ ਹੈਗਾ। ਇਹ ਇੱਕ ਪੰਥ ਤੋਂ ਦੂਜੇ ਪੰਥ ਜਾਓ ਤੇ ਉਲਟ ਪਈ ਉਲਟੀ ਪੈ ਜਾਂਦੀ ਹੈਗੀ। ਧਨਾਸਰੀ ਮਹਲਾ ਪੰਜਵਾਂ, ਸਫ਼ਾ ਹੈਗਾ 676। ਫਿਰਤ ਫਿਰਤ ਬੇਟੇ ਜਨ ਸਾਧੂ, ਪੂਰੇ ਗੁਰੇ ਸਮਝਾਇਆ। ਢੂੰਡਦੇ ਢੂੰਡਦੇ ਵੀ ਨਾਮ ਢੂੰਡਣਾ ਹੈਗਾ, ਮਨ ਨੂੰ ਹੁੰਦਾ ਨਾ ਵੀ ਮੈਂ ਪਾਉਣਾ ਹੈਗਾ ਪਾਰ ਬ੍ਰਹਮ ਨੂੰ, ਤੇ ਉਹ ਫਿਰ ਭਿੜਦੇ ਭਿੜਦੇ ਫਿਰ ਇੱਕ ਜਨ, ਜਨ ਹੁੰਦਾ ਪੁੱਤਰ, ਪਾਰ ਬ੍ਰਹਮ ਦਾ ਪੁੱਤਰ। ਕਿਉਂ? ਜਿਹੜੇ ਸਾਧੂ ਹੁੰਦੇ ਨੇ ਇਹਨਾਂ ਦੇ ਇਹ ਪਿਓਰਲੀ ਸਪਿਰਚੁਅਲ ਹੁੰਦੇ ਨੇ, ਇਹਨਾਂ 'ਚ ਜਾਤ ਪਾਤ ਨਹੀਂ ਹੁੰਦੀ ਅਤੇ ਨਾ ਹੀ ਇਹ ਦੁਨਿਆਵੀ ਕੰਮਾਂ 'ਚ ਦਖਲ ਦਿੰਦੇ ਨੇ, ਇਹਨਾਂ ਦਾ ਪਿਓਰਲੀ ਸਪਿਰਚੁਅਲ ਹੁੰਦਾ ਹੈਗਾ। ਆਹ ਜਿਹੜੇ ਨਾ ਭਗਵੇ ਕੱਪੜੇ ਪਾ ਕੇ ਤੇ UP ਦਾ ਬਣਿਆ ਹੋਏਗਾ ਪ੍ਰਾਈਮ ਮਿਨਿਸਟਰ ਵਗੈਰਾ, ਇਹ ਪਖੰਡੀ ਹੈਗੇ ਨੇ, ਸ਼ੈਤਾਨ। ਇਹਨਾਂ ਤੋਂ ਬਚ ਕੇ ਰਹੋ। ਤੇ ਜਨ ਹੈਗਾ ਪੁੱਤਰ, ਸਾਧੂ, ਸਾਧੂ ਜਿਹੜੇ ਨੇ ਪਾਰ ਬ੍ਰਹਮ ਦੇ ਪੁੱਤਰ ਹੈਗੇ ਨੇ। ਪੂਰੇ ਗੁਰੇ ਸਮਝਾਇਆ, ਪੂਰੇ ਪੂਰੇ ਗੁਰੇ ਹੁੰਦਾ, ਗੁਰ ਹੁੰਦਾ ਢੰਗ। ਆ ਸਵਾਲ ਕਰਨ ਦਾ ਢੰਗ ਕੀ ਹੈਗਾ? ਉਹਨੇ ਫਿਰ ਤੁਹਾਨੂੰ ਢੰਗ ਨਾਲ ਸਮਝਾਇਆ, ਪੂਰੇ ਢੰਗ ਨਾਲ। ਉਹ ਹੈਗਾ ਲੌਜੀਕਲ ਰੀਜ਼ਨਿੰਗ। ਲੌਜੀਕਲ ਰੀਜ਼ਨਿੰਗ ਦੀ ਐਂਡ ਪ੍ਰੋਡਕਟ ਹੁੰਦੀ ਲੋਗੋ, ਲੋਗੋ ਉਹਦਾ ਨਾਮ ਹੈਗਾ। ਸਤ ਗੁਰ ਪ੍ਰਸਾਦ, ਸਤ ਦਾ ਗੁਰ ਹੈਗਾ ਲੋਗੋ, ਉਹਦਾ ਜਿਹੜਾ ਪ੍ਰਸਾਦ ਹੈਗਾ ਉਹ ਹੈਗਾ ਉਹਦਾ ਨਾਮ ਹੈਗਾ। ਪੂਰੇ ਗੁਰੇ ਸਮਝਾਇਆ, ਉਹਨੇ ਸਮਝਾਇਆ ਸਾਰਾ। ਆਨ ਸਗਲ ਵਿਦ ਕਾਮਨਾ ਆਵੇ, ਹਰ ਹਰ ਨਾਮ ਦਿਆਇਆ। ਆਨ ਜਿਹੜੀ ਹੋਰ ਹੈਗੀ ਨਾ, ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਹੋਰ ਵਿਧਾ ਤਰੀਕੇ ਵੀ ਆਹ ਕਰੋ ਤੇ ਉੱਥੇ ਜਾ ਕੇ ਪੰਛੀਆਂ ਨੂੰ ਦਾਣੇ ਦਿਓ ਜੀ, ਬਾਂਦਰਾਂ ਨੂੰ ਲੈ ਜਾਂਦੇ ਨੇ ਉੱਥੇ ਰੋਟੀ ਖਿਲਾਉਂਦੇ ਨੇ, ਤੇ ਬਾਂਦਰਾਂ ਨੂੰ ਉਹ ਫਿਰ ਖੇਤੀ ਉਹ ਉਜਾੜਦੇ ਨੇ ਪਲੇਟਾਂ ਦੀ। ਤੇ ਇਸ ਤਰ੍ਹਾਂ ਹੈਗਾ ਵੀ ਜਿਹੜਾ ਹੈ ਨਾ ਹੋਰ ਜਿਹੜੀਆਂ ਵਿਧਾ ਹੈਗੀਆਂ ਨੇ ਵੀ ਫਲਾਣਾ ਕੰਮ ਕਰੋ ਜੀ, ਆਹ ਕਰੋ, ਉਹਦੇ ਪਖੰਡ, ਉਹ ਸਾਰੇ ਪਖੰਡ ਹੈਗੇ ਨੇ। ਇੱਕੋ ਨਾਮ ਹੀ ਨਾਲ ਨਹੀਂ ਨਾ ਆਦਮੀ ਤਰਦਾ ਹੈਗਾ, ਨਾਮ ਹੈਗਾ ਉਹਦਾ ਨਿਸ਼ਾਨ ਹੈਗਾ ਪਾਰ ਬ੍ਰਹਮ ਦਾ, ਨਿਸ਼ਾਨ ਪੁੱਤਰ ਹੁੰਦਾ ਹੈਗਾ। ਜਦੋਂ ਉਹਦੇ ਤੁਸੀਂ ਪੁੱਤਰ ਬਣ ਜਾਂਦੇ ਹੈ ਨਾ, ਉਦੋਂ ਤੁਸੀਂ ਜਿੱਦਾਂ ਦਾ ਪਿਓ ਉੱਦਾਂ ਦਾ ਪੁੱਤਰ ਬਣ ਜਾਂਦਾ ਹੈਗਾ। ਉਹ ਜਨਮ ਮਰਨ ਚਿਰ ਤੁਸੀਂ ਵੀ ਨਹੀਂ ਜਨਮ ਮਰਨ ਚਾਹੁੰਦੇ, ਭਗਤ ਬਣ ਜਾਂਦੇ ਹੈ। ਆਨ ਸਗਲ ਵਿਦ 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 ਖਾਮ ਨਾ ਆਵੇ, ਹੋਰ ਤਰੀਕੇ ਕੋਈ ਕੰਮ ਨਹੀਂ ਆਉਂਦੇ, ਹਰ ਹਰ ਨਾਮ ਦਿਆਇਆ। ਫਿਰ ਮੈਂ ਹਰ ਹਰ ਰਾਮ ਦਾ ਉਹਨੂੰ ਉਹੀ ਧਿਆਇਆ, ਉਹਦੇ ਉਹੀ ਕੰਮ ਆਉਂਦਾ ਹੈਗਾ। ਤਾਂ ਤੇ ਮੋਹ
ਮੋਹੇ ਧਾਰੀ ਓਠ ਗੋਪਾਲਾ। ਤਦੋਂ ਤਾਂ ਮੈਂ ਜਿਹੜੀ ਆਪਣੀ ਮੋਹੇ ਮੈਂ ਨਾ ਮੈਂ ਧਾਰੀ ਹੈਗੀ ਓਟ ਗੋਪਾਲ। ਗੋ ਹੁੰਦਾ ਰੋਸ਼ਨੀ, ਪਾਲ ਹੁੰਦਾ ਪਾਲਣ ਵਾਲਾ, ਯਾਨੀ ਪਾਰ ਬ੍ਰਹਮ ਦੇ, ਮੈਂ ਉਹਦੀ ਓਟ ਪਾਲੀ। ਸਰਨ ਪਈਓ ਪੂਰਨ ਪਰਮੇਸ਼ਵਰ, ਮੈਂ ਉਹਦੇ ਪੂਰਾ ਪਰਮੇਸ਼ਵਰ ਹੈਗਾ ਉਹ, ਮੈਂ ਉਹਦੇ ਸ਼ਰਨਾਂ 'ਚ ਪੈ ਗਿਆ, ਉਹਦੇ ਮੈਂ ਦਾਰੇ 'ਚ ਆ ਗਿਆ। ਇਹ ਕਹਿੰਦਾ ਕ੍ਰਿਸਚੈਨਿਟੀ ਜਿਹੜੀ ਹੈਗੀ, ਇਹ ਪਹਿਲਾ ਸਤਿਗੁਰੂ ਦੁਨੀਆਂ 'ਚ ਜੀਜ਼ ਆਇਆ ਸੀਗਾ, ਛੋਟਾ ਸੀਗਾ ਉਹ, ਛੋਟੇ ਮਰੀਜ਼ ਸਨ ਉਹਦੇ। ਉਹਨੇ ਮੂੰਹ ਨਾਲ ਹੀ ਕਿਹਾ ਸੀਗਾ ਜੁਡਾ ਸਕੈਰੀਅਰ ਨੂੰ ਵੀ ਤੂੰ ਪੈਦਾ ਹੀ ਨਾ ਹੁੰਦਾ, ਮੈਂ ਮਰਨਾ ਤਾਂ ਹੈਗਾ, ਤੂੰ ਮੈਨੂੰ ਯੂ ਆਰ ਗੋਇੰਗ ਟੂ ਬੀ, ਤੂੰ ਮੇਰਾ ਇੱਕ ਕਾਜ ਬਣੇਗਾ। ਅਤੇ ਉਹਨੂੰ ਜਦੋਂ ਮਾਰਿਆ ਸੀ ਨਾ ਜੀਜ਼ ਨੂੰ, ਉਹ ਜਿਹੜੇ 30 ਸਿੱਕੇ ਲਏ ਸੀ ਉਹਨੇ, ਉਹ ਬਲੱਡ ਮਨੀ ਬਣ ਗਈ ਸੀਗੀ, ਉਹ ਘਰ ਨਹੀਂ ਲਿਜਾ ਸਕਦਾ ਸੀਗਾ, ਲੋਕਾਂ ਨੇ ਉਹਨੂੰ ਲੱਖ ਲਾਨਤ ਪਾਉਣੀ ਸੀਗੀ। ਅਤੇ ਉਹਦੇ ਕੋਈ ਸ਼ਰਮ ਸੀਗੀ, ਅਤੇ ਉਹ ਫਿਰ ਆਪੇ ਮਰ ਗਿਆ ਸੀਗਾ, ਉਹਨੂੰ ਕਿਸੇ ਨੇ ਮਾਰਿਆ ਨਹੀਂ ਹੈਗਾ। ਉਹਦੇ ਤੋਂ ਲਓ ਤੁਸੀਂ ਪ੍ਰਿਥੀ ਚੰਦ ਲਓ, ਜਾਂ ਇਹ ਜਿਹੜੇ ਹੈਗੇ ਨੇ ਮੀਨੇ ਖੱਤਰੀ ਹੈਗੇ ਨੇ। ਸਤਿਗੁਰੂ ਅਰਜਨ ਦੇਵ ਜੀ ਦਾ ਆਪਣੇ ਤੀਵੀਂ ਦੇ ਗਹਿਣੇ ਵੇਚ ਕੇ ਲੰਗਰ ਚਲਾਉਂਦੇ ਸੀਗੇ। ਇਹ ਖੱਤਰੀ ਜਿਹੜਾ ਸੀਗਾ ਛੋਟੀ ਮੀਨਾ, ਇਹ ਮੋਹਰੇ ਠੂਠਾ ਆ ਕੇ ਤਾਂ ਉਗਰਾਹੀ ਕਰਕੇ ਘਰ ਨੂੰ ਦੌੜ ਜਾਂਦਾ ਸੀਗਾ, ਦੇਖਦੇ ਕਹਿੰਦਾ ਸੀ ਵੀ ਦੇਖਦੇ ਕਿੰਨਾ ਚਿਰ ਲੰਗਰ ਚਲਾਉਂਦਾ ਹੈਗਾ। ਯਾਨੀ ਕਿ ਇੱਕ ਨੰਬਰ ਸਿੱਖੀ ਦੇ ਦੁਸ਼ਮਣ ਇਹ ਖੱਤਰੀ ਸਨ। ਤੁਸੀਂ ਹੋਰ ਵੀ ਦੇਖੋਗੇ, ਜੇ ਕਿਸੇ ਨੂੰ ਸਾਰਾ ਮੈਨੂੰ ਬਣਾ ਕੇ ਦੇਵੇ, ਮੈਂ ਇੱਕ ਵੀਡੀਓ ਬਣਾ ਕੇ ਦਿਆਂਗਾ ਤੁਹਾਨੂੰ, ਜੇ ਮੈਨੂੰ ਸਾਰਿਆਂ ਦਾ ਦੱਸਣ ਵੀ ਇਹ ਕਿੱਦਾਂ ਖੱਤਰੀਆਂ ਨੇ, ਜਦੋਂ ਇੱਕ ਤੋਂ ਗੱਦੀ ਦੂਜੇ ਨੂੰ ਗਈ ਤਾਂ ਕਿੱਦਾਂ ਉਹਦੇ ਦੁਸ਼ਮਣ ਬਣ ਗਏ ਸੀਗੇ। ਜਿੱਦਾਂ ਸਤਿਗੁਰੂ ਨਾਨਕ ਦੇਵ ਜੀ ਨੇ ਗੱਦੀ ਦਿੱਤੀ ਸੀ ਆਪਣੇ ਅੰਗਦ ਦੇ ਆਪਣੇ ਲਹਿਣੇ ਨੂੰ ਦਿੱਤੀ ਸੀ ਨਾ, ਭਾਈ ਲਹਿਣੇ ਜੀ ਨੂੰ, ਤਾਂ ਕਿੱਦਾਂ ਦੁਸ਼ਮਣ ਉਹਦੇ ਲਹਿਣੇ ਦੇ ਬਣ ਗਏ ਸੀਗੇ, ਉਹਨੂੰ ਮਾਰਨ ਨੂੰ ਭੇਜਦੇ ਸੀਗੇ। ਇਹਦਾ ਜਦੋਂ ਉਹਨਾਂ ਨੇ ਗੱਦੀ ਦਿੱਤੀ ਅਮਰਦੇਵ ਜੀ ਨੂੰ, ਉਦੋਂ ਕਿੱਦਾਂ ਦੁਸ਼ਮਣ ਬਣ ਗਏ। ਇਹ ਸਾਰੀ ਜੇ ਕੋਈ ਮੈਨੂੰ ਲਿਖ ਕੇ ਦੇਵੇ ਤਾਂ ਮੈਂ ਫਿਰ ਤੁਹਾਨੂੰ ਵੀਡੀਓ ਬਣਾ ਕੇ ਦਿਆਂਗਾ, ਨਾਲੇ ਮੈਨੂੰ ਵੀ ਸਮਝ ਆ ਜਾਏਗੀ। ਸਰਨ ਪਈਓ ਪੂਰਨ ਪਰਮੇਸ਼ਵਰ ਬਿਨਸੇ ਸਗਲ ਜੰਜਾਲ, ਮੈਂ ਉਹਦੇ ਪਰਮੇਸ਼ਵਰ ਦੇ ਚਰਨਾਂ 'ਚ ਪਿਆ, ਉਹਦੇ ਹਾਥੇ 'ਚ ਗਿਆ, ਅਤੇ ਸਾਰੇ ਜਿਹੜੇ ਜੰਜਾਲ ਸੀਗੇ ਨਾ ਦੁਨੀਆਂ ਦੇ, ਜਿਹੜੇ ਮਨ ਨੂੰ ਤੰਗ ਕਰਦੇ ਸੀ, ਉਹ ਸਾਰੇ ਜਾਂਦੇ ਰਹੇ। ਜੀਜੇ ਦੇ ਹੈਗਾ, ਉਹਨੇ ਕਹਿੰਦਾ ਵਨ ਫੋਲਡ ਵਨ ਸ਼ੈਫਰਡ। ਫੋਲਡ ਜਿਹੜਾ ਹੈਗਾ ਉਹ ਚਰਚ ਆਫ ਗੋਡ ਹੈਗਾ, ਆਹ ਨਹੀਂ ਚਰਚ ਹੈਗਾ ਚਰਚ ਆਫ ਇੰਗਲੈਂਡ ਅਤੇ ਚਰਚ ਆਫ ਸਕੋਟਲੈਂਡ ਅਤੇ ਇਹ ਹੈਗੇ ਨੇ, ਇਹ ਸ਼ੈਤਾਨਾਂ ਦੇ ਹੈਗੇ ਨੇ। ਚਰਚ ਆਫ ਇੰਗਲੈਂਡ 'ਚ ਜਿਹੜਾ ਹੈਗਾ, ਜਦੋਂ ਇਹਨਾਂ ਸੋਲਜਰ ਮਰੇ ਸੀ ਨਾ ਵਰਲਡ ਵਾਰ ਵਨ ਵਰਲਡ ਵਾਰ ਟੂ, ਅਤੇ ਇਹਨਾਂ ਦੇ ਜਿਹੜੇ ਪ੍ਰੀਸਟ ਹੈਗੇ ਨੇ ਉਹ ਕਹਿੰਦੇ ਨੇ ਦੇ ਗਲੋਰੀਫਾਈਡ ਗੋਡ। ਉਹਨਾਂ ਨੂੰ ਪੁੱਛੇ ਉਹ ਲੁੱਟ ਮਾਰ ਕਰਕੇ ਤਾਂ ਉਹ ਗਲੋਰੀਫਾਈ ਹੋ ਗਿਆ ਗੋਡ, ਤੁਹਾਡਾ ਇੱਦਾਂ ਦਾ ਗੋਡ ਹੈਗਾ, ਇਹਨਾਂ ਦਾ ਗੋਡ ਪੈਸਾ ਹੈਗਾ, ਅਤੇ ਇਸ ਕਰਕੇ ਦੁਨੀਆਂ 'ਚ ਪੈਸੇ ਦੀ ਬਹੁਤ ਖਿੱਚ ਹੈਗੀ, ਅਤੇ ਜਿਹੜਾ ਉਸ ਤੋਂ ਬਚ ਜਾਏਗਾ ਨਾ ਅਤੇ ਸਿੱਧਾ ਹੋ ਜਾਏਗਾ, ਸਬਰ ਕਰੇਗਾ, ਉਹੀ ਨਾਮ ਪਾਏਗਾ। ਸਨ ਪਰਿਓ ਪੂਰਨ ਪਰਮੇਸ਼ਵਰ ਵਿਸਲੇ ਸਗਲ ਜੰਜਾਲ ਰਹਾਓ। ਸੁਰਗ ਮਿਰਤ, ਸੁਰਗ ਹੈਗਾ ਵੀ ਜਿਹੜਾ ਪਿੱਛੇ ਹੁੰਦਾ ਸੀ ਜਦੋਂ ਨਾ ਦੇਵਤੇ ਸੀਗੇ, ਉਦੋਂ ਜਿਹੜਾ ਦੁਨੀਆਂ 'ਚ ਜਦੋਂ ਲਾਅ ਐਂਡ ਆਰਡਰ ਹੋਵੇ ਉਹਨੂੰ ਕਹਿੰਦੇ ਕਿੰਗਡਮ ਆਫ ਹੈਵਨ, ਆਹ ਹੈਗਾ ਨਾ ਕਿੰਗਡਮ ਆਫ ਹੈਵਨ ਐਂਡ ਹੈਲ, ਸੁਰਗ ਸੁਰਗ ਮਰਤ ਆਹ ਹੈਗਾ, ਅਤੇ ਆਹ ਹੈਗੀ ਰੋਇਲ ਕਿੰਗਡਮ ਆਫ ਗੋਡ, ਇਹ ਦਿੱਲੀ 'ਚ ਹੈਗੀ, ਬਾਹਰ ਨਹੀਂ ਹੈਗੀ, ਅਪੋਜਿਟ। ਅਤੇ ਆਹ ਹੈਗੀ ਰੋਇਲ ਕਿੰਗਡਮ ਜਿਹੜੀ ਅੱਜ ਚੱਲ ਰਹੀ ਹੈਗੀ। ਅਤੇ ਇਸ ਕਰਕੇ ਜਦੋਂ ਤੁਸੀਂ ਪਰਮਾਤਮਾ ਦਾ ਨਾਂ ਲੈਂਦੇ ਤੁਸੀਂ ਇੱਥੇ ਆ ਜਾਂਦੇ ਹੈ। ਸਾਧੂ ਜਿਹੜੇ ਨੇ ਐਸ ਦੁਨੀਆਂ ਦੇ ਹੈਗੇ ਨੇ, ਉਹਨਾਂ ਦੇ ਹੈਗੇ ਰੋਇਲ ਕਿੰਗ ਹੈਗੇ, ਉਹ ਰੋਇਲ ਪ੍ਰੀਸਟ, ਇਹ ਰੋਇਲ ਪ੍ਰੀਸਟ ਹੈਗੇ, ਆਹ ਪ੍ਰੀਸਟ ਹੈਗੇ ਨੇ, ਪੈਸੇ ਦਾ ਇਹ ਪੈਸੇ ਦਾ ਕੰਮ ਕਰਦੇ ਨੇ, ਪੈਸੇ ਲੈਂਦੇ ਨੇ, ਇਹ ਮੁਫਤ ਮਿਲਦਾ ਮੁਫਤ ਦਿੰਦੇ ਨੇ, ਇਹ ਨਿਰਮਲੇ ਸੰਤ ਨੇ, ਆਹ ਜਿਹੜੇ ਹੈਗੇ ਨੇ ਦਿਲ ਤੋਂ ਬਾਣੀ ਉਚਾਰ ਕੇ ਦੱਸਦੇ ਨੇ, ਆਹ ਮੇਰੀ ਕਿਤਾਬ ਹੈਗੀ ਅੰਗਰੇਜ਼ੀ ਦੀ, ਤਾਂ ਆਹ ਜਿਹੜਾ ਹੈਗਾ ਨਾ ਇਹਨਾਂ ਦਾ ਮਨੋਰਾ ਹੈਗਾ ਜੂਇਸ਼ ਦਾ,
ਜਿਹੜੀ ਮਿਡਲ ਕੈਂਡਲ ਹੈਗੀ ਉਹ ਪਾਰ ਬ੍ਰਹਮ ਦੀ ਹੈਗੀ, ਬਾਕੀ ਦੀਆਂ ਛੇ ਜਿਹੜੀਆਂ ਕੈਂਡਲ ਹੈਗੀਆਂ ਉਹ ਬ੍ਰਹਮਾ ਦੀਆਂ ਹੈਗੀਆਂ, ਬ੍ਰਹਮਾ ਯਾਵੇ ਬ੍ਰਹਮਾ ਖੁਦਾ ਦੀਆਂ, ਮਿਡਲ ਹੈਗੀ ਪਾਰ ਬ੍ਰਹਮ ਅੱਲਾ ਤੇ ਐਲੋਹੀਮ ਦੀ। ਸੁਰਗ ਮਿਰਤ ਪਿਆਲ ਪਿਆਲ ਬਹੁ ਮੰਡਲ, ਬਹੁ ਮੰਡਲ ਸਾਰੀ ਦੁਨੀਆਂ, ਸਗਲ ਵਿਆਪੇ ਮਾਏ, ਉਹ ਸਾਰੇ ਜਿਹੜੇ ਪੈਸੇ ਨੂੰ ਪਏ ਹੋਏ ਨੇ ਮਾਇਆ ਨੂੰ, ਜੀਆ ਉਧਾਰਨ ਸਭ ਕੁੱਲ ਤਾਰਨ ਹਰ ਹਰ ਨਾਮ ਦਿਆਏ, ਜੀਆ ਆਪਣੀ ਜਿਹੜੀ ਜਾਨ ਹੈਗੀ ਉਹਨੂੰ ਉਧਾਰਨ ਲਈ ਵੀ ਉਹ ਮੁਕਤੀ ਪਾ ਜਾਏ, ਸਭ ਕੁੱਲ ਤਾਰਨ ਸਾਰਿਆਂ ਨੂੰ ਹੋਰਾਂ ਨੂੰ ਵੀ ਤਾਰਨਾ ਜਿਹੜੇ ਉਹਦਾ ਨਾਮ ਜਪਣਗੇ, ਆਪ ਜਪੋ ਨਾਮ ਜਿਹੜਾ ਹੈਗਾ ਦੋ ਤਾਰੀ ਖੰਡਾ ਹੈਗਾ ਨਾ, ਆਪਣੀ ਵੀ ਤੁਹਾਡੀ ਮੁਕਤੀ ਕਰਦਾ ਤੇ ਦੂਸਰਿਆਂ ਦੀ ਵੀ, ਤੇ ਜੇ ਦੂਸਰੇ ਵੀ ਜਪਣਗੇ ਉਹਨਾਂ ਦੀ ਵੀ ਫਿਰ ਉਹ ਮੁਕਤੀ ਹੋ ਜਾਏਗੀ। ਤਾਰਨ ਹਰ ਹਰ ਨਾਮ ਦਿਆਏ, ਨਾਨਕ ਨਾਮ ਨਿਰੰਜਨ ਗਾਈਏ, ਕਹਿੰਦੇ ਨਾਮ ਨਾਮ ਜਿਹੜਾ ਹੈਗਾ ਨਿਰੰਜਨ ਹੈਗਾ, ਮਾਇਆ ਤੋਂ ਰਹਿਤ ਹੈਗਾ। ਜਦੋਂ ਪਹਿਲਾ ਚਰਚ ਪੜਿਆ ਸੀਗਾ ਲੋਕਾਂ ਨੇ ਆਪਣੀ ਜਾਇਦਾਦ ਵੇਚ ਦਿੱਤੀਆਂ ਸੀਗੀਆਂ, ਸਾਰੀ ਵੇਚ ਦਿੱਤੀ, ਕੋਈ ਵੀ ਨਹੀਂ ਉਹਨਾਂ ਨੇ ਰੱਖਿਆ ਸੀ, ਜਿਹੜੀ ਉਹਨਾਂ ਨੇ ਇੱਕ ਕਮਿਊਨਲ ਚਰਚ ਬਣਾਇਆ ਸੀ, ਉੱਥੇ ਆ ਕੇ ਉਹ ਸਾਰੇ ਇਕੱਠੇ ਹੋ ਗਏ ਸੀਗੇ, ਰੋਟੀ ਉੱਥੇ ਬਣਦੀ ਸੀ, ਲੰਗਰ ਉੱਥੇ ਬਣਦਾ ਸੀ, ਉਹ ਰਹਿੰਦੇ ਸੀਗੇ ਉੱਥੇ ਸਾਰੇ, ਉਹਨਾਂ ਨੂੰ ਜਾਂਦੇ ਸੀਗੇ ਸ਼ਹਿਰ 'ਚ ਕੰਮ ਕਰਦੇ ਸੀ ਲੋਕਾਂ ਦਾ, ਜੇ ਕਿਸੇ ਨੇ ਪੈਸਾ ਦੇ ਦਿੱਤਾ ਤਾਂ ਠੀਕ ਹੈ, ਜੇ ਨਹੀਂ ਦਿੱਤਾ ਤਾਂ ਕੋਈ ਪਰਵਾਹ ਨਹੀਂ, ਮੁਫ਼ਤ ਫਿਲੰਥਰੋਪੀ ਕਰਕੇ ਆਉਂਦੇ ਸੀਗੇ, ਅਤੇ ਜੇ ਕਿਸੇ ਨੂੰ ਰਸਤੇ 'ਚ ਕੁਛ ਜ਼ਰੂਰਤ ਪੈਂਦੀ ਸੀ ਪੈਸੇ ਦੀ ਤਾਂ ਉਹਨੂੰ ਦੇ ਦਿੰਦੇ ਸੀ, ਲੈ ਵੀ ਫੜ, ਅਤੇ ਬਿਲਕੁਲ ਉਹ ਨਿਰਲੇਪ ਸਨ। ਉਹਨਾਂ 'ਚੋਂ ਇੱਕ ਆਦਮੀ ਗਿਆ ਇਰਾਕ ਏਰੀਏ 'ਚ, ਉੱਥੇ ਦਾ ਬਾਦਸ਼ਾਹ ਜਿਹੜਾ ਸੀ ਉਹ ਬਿਮਾਰ ਸੀਗਾ ਰਹਿੰਦਾ, ਉਹ ਕਹਿੰਦਾ ਕਿਤੇ ਜੇ ਜੀਜ਼ੀ ਜੇ ਇੱਥੇ ਆ ਜਾਏ ਤਾਂ ਮੈਨੂੰ ਉਹ ਮੈਨੂੰ ਠੀਕ ਕਰ ਦੇਵੇ, ਅਤੇ ਉਹ ਜੀਜ਼ੀ ਗੁਜ਼ਰ ਗਿਆ ਅਤੇ ਉਹਦੇ ਬਾਅਦ ਫਿਰ ਇੱਕ ਉਹਦਾ ਕੰਮ ਆ ਗਿਆ ਉੱਥੇ, ਸਿੱਖ ਗਿਆ ਉਹਦਾ, ਉਹਨੂੰ ਤਾਲਮੇ ਦੀਮ ਕਹਿੰਦੇ ਨੇ ਜਿਹੜੇ ਜੀਜ਼ੇ ਦੇ ਸਿੱਖ ਸਨ, ਅਤੇ ਆਪਣੇ ਸੇਂਟ ਥੋਮਸ ਆਇਆ ਸੀ ਉੱਥੇ ਸਾਊਥ ਇੰਡੀਆ 'ਚ, ਉਹਨੂੰ ਉਹ ਸਾਊਥ ਇੰਡੀਆ 'ਚ ਸਤਿਗੁਰੂ ਕਹਿੰਦੇ ਸਨ, ਕ੍ਰਾਈਸਟ, ਪੋਪ ਆਇਆ ਤਾਂ ਕਹਿੰਦਾ ਨਹੀਂ ਨਹੀਂ ਇੱਕ ਕ੍ਰਾਈਸਟ ਹੈਗਾ, ਬਾਕੀ ਜਿਹੜੇ ਕਹਿੰਦੇ ਸੀ ਉਹਨਾਂ ਨੂੰ ਮਾਰ ਦਿੱਤਾ। ਇਹਨਾਂ ਨੇ ਇੱਦਾਂ ਕ੍ਰਿਸਚੈਨਿਟੀ ਮਾਰੀ ਸੀਗੀ ਲੋਕਾਂ ਨੂੰ, ਉੱਥੇ ਸ਼ੇਰਾਂ ਮੋਹਰੇ ਪਾ ਦਿੰਦੇ ਸੀ ਚੀਜ਼ਿਆਂ ਨੂੰ ਖਾਣ ਨੂੰ, ਤਦੇ ਮੁਹੰਮਦ ਸਾਹਿਬ ਨੇ ਡੰਡਾ ਚੱਕਿਆ ਸੀ ਅਤੇ ਇਹਨਾਂ ਨੂੰ ਠੱਲ ਪਾਈ, ਨਹੀਂ ਤਾਂ ਇਹਨਾਂ ਨੇ ਬਹੁਤ ਕੰਮ ਖਰਾਬ ਕਰਨਾ ਸੀਗਾ। ਅਤੇ ਉਹਨਾਂ ਨੇ ਕੋਈ ਨਹੀਂ ਸੀਗਾ, ਇੱਕ ਆਦਮੀ ਇੱਕ ਜੋੜਾ ਸੀਗਾ ਮੀਆਂ ਬੀਬੀ, ਉਹਨਾਂ ਨੇ ਆਪਣੀ ਜਾਇਦਾਦ ਵੇਚੀ, ਵੇਚ ਕੇ ਤਾਂ ਵਿੱਚੋਂ ਰੱਖ ਲਏ ਪੈਸੇ, ਰੱਖ ਕੇ ਤਾਂ ਫਿਰ ਆਏ ਉੱਥੇ ਅਤੇ ਕਹਿੰਦੇ ਉਹਨੂੰ ਪੀਟਰ ਨੂੰ ਕਿ ਇਹੋ ਹੀ ਸਾਡੀ ਹੋਈ ਵਿਕਰੀ, ਹੋਰ ਨਹੀਂ ਕੋਈ ਵੀ ਹੈਗਾ, ਯਾਨੀ ਕਿ ਉਹ ਕੂੜ ਬੋਲੇ ਉਹਦੇ ਤੋਂ ਸਾਹਮਣੇ, ਬਲਾਸਫਮੀ ਕੂੜ, ਜਿਹੜਾ ਕਿ ਹੋਲੀ ਟ੍ਰਾਂਸਗ੍ਰੈਸ਼ਨ ਅਗੇਂਸਟ ਹੋਲੀ ਸਪਿਰਿਟ, ਉਹਨੇ ਦੋਨੋਂ ਹੀ ਮਾਰ ਦਿੱਤੇ, ਪਹਿਲਾਂ ਇੱਕ ਆਇਆ ਹਸਬੈਂਡ ਆਇਆ ਉਹਨੂੰ ਮਾਰ ਦਿੱਤਾ, ਫਿਰ ਤੀਵੀਂ ਆਈ ਮਾਰ ਮੂਰ ਸਾਂਭ ਕੇ, ਉਹ ਵੀ ਆਏ ਉਹਨੂੰ ਵੀ ਪੁੱਛਿਆ, ਉਹ ਵੀ ਕਹਿੰਦੀ ਇਹੋ ਹੀ ਹੈਗਾ ਜੀ, ਦੋਨਾਂ ਨੂੰ ਮਾਰ ਦਿੱਤਾ ਉਹਨੇ। ਇਹ ਸੀਗਾ ਉਹਦਾ ਪਹਿਲਾ ਜਿਹੜਾ ਚਰਚ ਸੀਗਾ, ਇੱਦਾਂ ਦੇ ਲੋਕ ਨਿਰੰਜਨ, ਮਾਇਆ ਨਾਲ ਬਿਲਕੁਲ ਕੋਈ ਤੁਲਕ ਨਹੀਂ ਸੀ ਹੁੰਦਾ, ਜਿੱਦਾਂ ਸਾਧੂ ਹੁੰਦੇ ਨੇ ਇਸ ਤਰ੍ਹਾਂ ਉਹ ਸੀਗੇ। ਅਤੇ ਇਸੇ ਤਰ੍ਹਾਂ ਜਿਹੜਾ ਇਹਨੂੰ ਰੋਇਲ ਪ੍ਰੀਸਟ ਕਹਿੰਦੇ ਨੇ, ਰੋਇਲ ਪ੍ਰੀਸਟ ਜਿਹੜਾ ਹੈਗਾ ਸਤਿਗੁਰਮਤ ਵੇਲਾ, ਅਤੇ ਇਹਨਾਂ ਨੂੰ ਕਹਿੰਦੇ ਮੈਚਰ, ਸਾਧੂ ਵੇਖਾਉਂਦਾ ਸੀ ਮੈਚਰ ਦੇ ਡਿੱਕ, ਵੀ ਉਹ ਮੈਚਰ ਦੇ ਡਿੱਕ ਟਾਈਪ ਦੇ ਇਸੇ ਰੋਇਲ ਪ੍ਰੀਸਟ ਹੁੰਦੇ ਨੇ। ਇਸੇ ਤਰ੍ਹਾਂ ਨਿਰਮਲੇ ਸੰਤ ਜਿਹੜੇ ਹੁੰਦੇ ਨੇ ਉਹ ਪੈਸੇ ਨੂੰ ਹੱਥ ਨਹੀਂ ਲਾਉਂਦੇ, ਉਹ ਵੀ ਮੈਚਰ ਦੇ ਡਿੱਕ ਵਾਂਗੂ ਸਾਧੂ ਹੁੰਦੇ ਨੇ, ਉਹ ਵੀ ਉਹਨਾਂ ਤੋਂ ਨਾਮ ਮਿਲਦਾ ਹੈਗਾ। ਇਹ ਨਹੀਂ ਜਿਹੜੇ ਆ ਜਾਂਦੇ ਗੁਰਦੁਆਰੇ 'ਚ ਜੀ ਮੈਂ ਉੱਥੇ ਹੋਸਪਿਟਲ ਬਣਾਉਣਾ ਆਹ ਬਣਾਉਣਾ ਅਤੇ ਪੈਸੇ ਇਕੱਠੇ ਕਰਕੇ ਲੈ ਜਾਂਦੇ ਨੇ ਅਤੇ ਆਪ
ਐਸ਼ਾਂ ਕਰਦੇ ਨੇ, ਲੋਕਾਂ ਦਾ ਬੇਵਕੂਫ ਬਣਾਉਂਦੇ ਨੇ ਤੇ ਲੋਕ ਬੇਵਕੂਫ ਬਣਦੇ ਨੇ ਪਰਮਾਂ ਚ। ਨਾਨਕ ਨਾਮ ਨਿਰੰਜਨ ਗਾਈਏ ਪਾਈਏ ਸਰਬ ਨਿਦਾਨਾ, ਸਾਰੇ ਖਜ਼ਾਨਿਆਂ ਦਾ ਜਿਹੜਾ ਨਾ ਖਜ਼ਾਨੇ ਮਿਲ ਜਾਂਦੇ ਨੇ। ਤੇ ਇਸ ਦੁਨੀਆਂ ਚ ਜਦੋਂ 1947 ਚ ਜਦੋਂ ਪਾਰਟੀਸ਼ਨ ਹੋਈ ਸੀਗੀ ਉਦੋਂ ਲੋਕੀ ਮਰੇ ਸੀ ਨਾ, ਇੱਕ ਦੂਜੇ ਨੂੰ ਮਾਰਿਆ ਸੀਗਾ। ਮੇਰੇ ਫਾਦਰ ਜਿਹੜੇ ਸੀਗੇ ਉਹਨਾਂ ਨੂੰ ਪਤਾ ਸੀਗਾ ਇਸ ਗਿਆਨ ਦਾ, ਉਹਨਾਂ ਕੋਲ ਇਹ ਖਜ਼ਾਨਾ ਸੀਗਾ। ਤੇ ਸਾਡੇ ਪਿੰਡ ਆਏ ਸੀਗੇ 2002 ਹਮਲਾ ਕਰਨ, ਤੇ ਕੁਦਰਤੀ ਉਹ ਜਿਹੜਾ ਸੀਗਾ ਆਪਣੇ ਜ਼ੈਲਦਾਰ ਜਿਹੜਾ ਸੀ ਨਾ ਉਹ ਮੇਰੇ ਤਾਏ ਦਾ ਦੋਸਤ ਸੀਗਾ, ਮਰਾਸੀ ਨੇ ਚੱਕਿਆ ਸੀਗਾ ਉਹਨਾਂ ਨੂੰ ਵੀ ਉਹ ਤੁਹਾਡੇ 'ਤੇ ਹਮਲਾ ਕਰਨ ਨੂੰ ਆਦਮੀ ਇਕੱਠੀ ਕੀਤੀ ਬੈਠੇ ਨੇ। ਅਤੇ ਉਹ ਕੁਦਰਤੀ ਉਸ ਜ਼ੈਲਦਾਰ ਨੇ ਮਰਾਸੀ ਨੂੰ ਕਿਲਿਆ ਜਾ ਉਹਨੂੰ ਬੁਲਾ ਕੇ ਲਿਆ ਮੇਰੇ ਤਾਏ ਨੂੰ, ਅਤੇ ਨਾਲ ਫਾਦਰ ਚਲੇ ਗਿਆ। ਫਾਦਰ ਹੁੰਦੇ ਸੀ ਸਕੂਲ ਵਿੱਚ ਟੀਚਰ, ਅਤੇ ਉਹਨਾਂ ਨੂੰ ਇਹ ਬਹੁਤ ਸੀਗਾ ਚਾਹ ਸਮਝੀ ਹੋਈ ਸੀ ਬਾਣੀ, ਨਾ ਉਹ ਰਿਸ਼ਵਤ ਲੈਂਦੇ ਸੀ ਨਾ ਦਿੰਦੇ ਸੀਗੇ। ਅਤੇ ਉਹ ਸੱਚ ਵਿੱਚ ਹੋਣ ਕਰਕੇ ਉਹਨਾਂ ਨੂੰ ਨਾਮ ਮਿਲਿਆ ਹੋਇਆ ਸੀਗਾ। ਅਤੇ ਇਹ ਵੀ ਨਾਲ ਚਲੇ ਗਏ, ਉਹ ਡੱਟ ਕੇ ਬੈਠਾ ਮੰਜੇ 'ਤੇ ਆਪਣੇ, ਅਤੇ ਜਦੋਂ ਉਹਨੂੰ ਦੱਸਿਆ ਵੀ ਸਿੱਖ ਅਤੇ ਮੁਸਲਮਾਨ ਜਿਹੜੇ ਹੈਗੇ ਨੇ ਰੂਹ ਹੈਗੀ, ਇਹ ਜਿਸਮ ਨਹੀਂ ਹੈਗਾ, ਸਾਡਾ ਜਿਸਮ ਜੱਟ ਹੈਗਾ ਅਤੇ ਤੁਸੀਂ ਅਰਾਈ ਹੈਗੇ ਆ, ਜੇ ਲੜਨਾ ਤਾਂ ਅਰਾਈ ਅਤੇ ਜੱਟ ਮਰਨਗੇ, ਹਿੰਦੂ ਸਿੱਖ ਨਹੀਂ ਮਰਦੇ, ਸਿੱਖ ਅਤੇ ਮੁਸਲਮਾਨ ਨਹੀਂ ਬਣਦੇ। ਅਤੇ ਨਾਲੇ ਤਿੰਨੇ ਲਾਲੇ ਸੀਗੇ ਉਹਨਾਂ ਦੀ ਸ਼ਰਾਰਤ ਸਮਝਾਤੀ, ਲਾਲਾ ਤਾਰਾ ਸਿੰਘ ਮਲਹੋਤਰਾ ਖੱਤਰੀ, ਲਾਲਾ ਮੁਹੰਮਦ ਅਲੀ ਜਿਨਾ ਬਬਲਾ ਪਾਟੀਆ ਅਤੇ ਲਾਲਾ ਮੋਹਨਦਾਸ ਕਰਮਚੰਦ ਗਾਂਧੀ ਬਾਣੀਆ। ਤਿੰਨਾਂ ਲਾਲਿਆਂ ਦੀ ਜਦੋਂ ਸ਼ਰਾਰਤ ਸਮਝਾਤੀ ਉਹਦੇ ਪੱਲੇ ਪੈ ਗਈ, ਅਤੇ 2000 ਨੂੰ ਕਹਿੰਦਾ ਇਹ ਸਾਡੇ ਮਹਿਮਾਨ ਹੈਗੇ ਨੇ, ਖਬਰਦਾਰ ਇਹਨਾਂ ਨੂੰ ਕੋਈ ਨੁਕਸਾਨ ਪਹੁੰਚਾਇਆ। ਇਹ ਹੈਗਾ ਆਏ ਸੀ ਮਾਰਨ, ਇੱਕ ਨੰਬਰ ਦੇ ਦੋਸਤ ਬਣ ਗਏ। ਇਹਨੂੰ ਕਹਿੰਦੇ ਨੇ ਨਿਦਾਨ, ਸਰਬ ਨਿਦਾਨ। ਜੇ ਇਹ ਖਜ਼ਾਨਾ ਹੋਊਗਾ ਤਦ ਤੁਸੀਂ ਦੁਨੀਆਂ 'ਚ ਸੁਖੀ ਨਾ ਰਹੋਗੇ। ਉਹਨਾਂ ਨੂੰ ਪੁੱਛੋ ਜਿਹੜੇ ਇੱਦਾਂ ਦੇ ਹਮਲੇ 'ਚ ਉਹਨਾਂ ਨੇ ਇੱਕ ਦੂਜੇ ਦੇ ਆਪਣੇ ਖਾਨਦਾਨ ਮਾਰ ਦਿੱਤੇ ਸੀਗੇ, ਜੱਟਾਂ ਨੇ ਜੱਟ ਮਾਰੇ, ਬੁੱਧੂ ਬਣਾਏ ਹੋਏ ਸੀਗੇ। ਅਤੇ ਉਹਨਾਂ ਨੂੰ ਪੁੱਛੋ ਵੀ ਜਾਨ ਦੀ ਕੀ ਕੀਮਤ ਹੈਗੀ। ਅਤੇ ਇਸ ਕਰਕੇ ਤੁਸੀਂ ਜੇ ਸੁਖੀ ਰਹਿਣਾ ਗਾ ਹੁਣ ਵੀ ਤਾਂ ਤੁਸੀਂ ਇਹ ਖਜ਼ਾਨਾ ਪਾਓ ਜਿਹੜਾ ਹੈਗਾ ਪਾਰ ਬ੍ਰਹਮ ਦਾ ਖਜ਼ਾਨਾ ਬਾਣੀ। ਕਿਰਪਾ ਕਰ ਕਿਰਪਾ ਜਿਸ ਦੇ ਜਿਸ ਨੂੰ ਉਹ ਕਿਰਪਾ ਕਰੇ, ਹਰ ਇੱਕ ਨੂੰ ਨਹੀਂ ਮਿਲਦਾ ਨਾਮ। ਜਦੋਂ ਇਹ ਜਿਹੜਾ ਹੈਗਾ ਇਹ ਭਾਂਡਾ ਜਿਹੜਾ ਹੈਗਾ ਤੁਹਾਡਾ ਇਹ ਹਰਿਮੰਦਰ ਹੈਗਾ, ਹਰਿਮੰਦਰ ਵਿੱਚ ਜੇ ਤੁਸੀਂ ਸ਼ੈਤਾਨ ਹੈਗੇ ਆ, ਤੁਸੀਂ ਰਿਸ਼ਵਤ ਲੈਂਦੇ ਆ ਜਾਂ ਹੋਰ ਕੁਛ ਕੰਮ ਕਰਦੇ ਆ ਜਿਹੜੇ ਨਾਲ ਤੁਹਾਡਾ ਬਲੱਡ ਮਨੀ ਅੰਦਰ ਆਉਂਦੀ, ਹਰਾਮ ਖਾਂਦੇ ਆ, ਜੇ ਤੁਸੀਂ ਹਰਾਮ ਖਾਂਦੇ ਆ ਤਦ ਇਹ ਸ਼ੈਤਾਨ ਦਾ ਮੰਦਰ ਹੈਗਾ, ਇਹ ਅੱਲਾਹ ਦਾ ਮੰਦਰ ਨਹੀਂ ਹੈਗਾ। ਤੇ ਸ਼ੈਤਾਨ ਦਾ ਹੈਗਾ ਤਾਂ ਫਿਰ ਸ਼ੈਤਾਨ ਤੁਸੀਂ ਫਿਰ ਮਰੋਗੇ। ਜੇ ਨਾਮ ਉਹਦਾ ਪਾਉਣਾ ਤਾਂ ਪਹਿਲਾਂ ਮੰਦਰ ਆ ਸਾਫ਼ ਕਰੋ, ਰਿਸ਼ਵਤ ਨਹੀਂ ਲੈਣੀ, ਆਪਣਾ ਹੱਕ ਲਾਲ ਖਾਣਾ ਹੈਗਾ। ਤੇ ਹੱਕ ਲਾਲ ਖਾਓਗੇ ਤਦ ਤੁਹਾਨੂੰ ਉਹ ਹੱਥ ਰੱਖੇਗਾ ਉੱਪਰ, ਨਹੀਂ ਤਾਂ ਤੁਸੀਂ ਮਾਰੇ ਜਾਓਗੇ। ਤੇ ਨਾਲੇ ਬਾਣੀ ਵੀ ਸਮਝ ਆਏਗੀ ਜੇ ਤੁਸੀਂ ਹੱਕ ਲਾਲ ਖਾਓਗੇ, ਕਿਉਂ ਇਹ ਫਿਰ ਹਰਿਮੰਦਰ ਹੈਗਾ, ਇਹ ਸ਼ੈਤਾਨ ਦਾ ਮੰਦਰ ਨਹੀਂ ਹੈਗਾ। ਹਰਿਮੰਦਰ ਵਿੱਚ ਹਰ ਰਹਿੰਦਾ ਹੈਗਾ, ਹਰ ਦੇ ਹਰ ਨੇ ਸਮਝਾਉਣਾ ਸਾਰਾ ਚੀਜ਼ਾਂ। ਇਸੇ ਕਰਕੇ ਜੀਜੇ ਕਹਿੰਦਾ ਇਮੈਨੁਅਲ, ਗੋਡ ਇਜ਼ ਵਿਦ ਅਸ। ਇਹ ਹੈਗਾ ਗੋਡ, ਪਹਿਲਾਂ ਤਾਂ ਪਿਛਲੇ ਯੁੱਗਾਂ ਵਿੱਚ ਤਾਂ ਉਹ ਦੂਰ ਸੀਗਾ, ਉਦੋਂ ਬ੍ਰਹਮਾ ਜੀ ਕਰਦੇ ਸੀਗੇ ਸਾਰੇ, ਬ੍ਰਾਹਮਣ ਜਿਹੜਾ ਹੈ, ਬ੍ਰਹਮ ਜਿਹੜਾ ਉਹ ਵੀ ਜਿਹੜਾ ਬ੍ਰਹਮੰਡੇ ਉਹ ਜਿਹੜੀ ਚੀਜ਼ ਨਜ਼ਰ ਆਉਂਦੀ ਉਹਦੇ ਬਾਰੇ ਉਹ ਸਾਰਾ ਗਿਆਨ ਦਿੰਦਾ ਸੀਗਾ। ਤੇ ਪਾਰ ਬ੍ਰਹਮ ਦਾ ਜੇ ਕਿਸੇ ਨੇ ਸਿੱਖਣਾ ਹੁੰਦਾ ਸੀ ਜਾਂ ਕਰਨੀ ਹੁੰਦੀ ਸੀ ਭਗਤੀ, ਉਹ ਦੁਨੀਆਂ ਛੱਡ ਜਾਂਦਾ ਸੀਗਾ, ਛੱਡ ਕੇ ਤਾਂ ਆਪਣੇ ਜੰਗਲਾਂ 'ਚ ਜਾ ਕੇ ਉੱਥੇ ਕਰਦਾ ਹੁੰਦਾ ਸੀਗਾ। ਕਿ ਜਿਹੜੀ ਚੀਜ਼ ਭਗਤ ਨੇ ਕਰਨੀ ਹੈਗੀ ਉਹ ਹਿੰਦੂ ਨੇ ਉਲਟ ਕਰਨੀ ਹੈਗੀ, ਹਿੰਦੂ ਦੀ ਚਪੇੜ ਮਾਰੋ ਉਹਨੇ ਦੋ ਮਾਰਨੀ ਆ, ਤੁਹਾਡੇ ਭਗਤ ਦੇ ਮਾਰੋ ਉਹਨੇ ਦੂਜੀ ਗੱਲ ਕਰਨੀ ਹੈਗੀ। ਤੇ ਥੋਮਸ ਜਿਹੜਾ ਸੀ ਆਇਆ ਉੱਥੇ ਸਾਊਥ ਇੰਡੀਆ 'ਚ, ਉਹਨੇ ਜਦੋਂ ਪ੍ਰਚਾਰ ਕੀਤਾ ਤੇ ਉਹ ਜਿਹੜੇ
ਉਹਨਾਂ ਦੇ ਲੋਕ ਸੀਗੇ ਉਹ ਉਹਨਾਂ ਨੂੰ ਕਹਿੰਦਾ ਵੀ ਜੇ ਤੁਹਾਡੇ ਕੋਈ ਚਪੇੜ ਮਾਰੇ ਤਾਂ ਦੂਜੀ ਗੱਲ ਕਰੋ। ਉਹ ਬਾਹਮਣਾਂ ਨੂੰ ਪਤਾ ਲੱਗਾ ਜਦੋਂ ਵੀ ਇਹ ਕੀ ਕਰਦਾ ਪ੍ਰਚਾਰ ਕਿੱਦਾਂ ਹੋ ਸਕਦਾ ਇੱਦਾਂ। ਉਹਨਾਂ ਨੇ ਕਿਹਾ ਅਸੀਂ ਇੱਥੇ ਨਿਕੰਮੇ ਨਹੀਂ ਹੋਏ ਅਤੇ ਤੂੰ ਇੱਥੇ ਕੀ ਕਰਦਾ ਲੋਕਾਂ ਨੂੰ ਗੁੰਮਰਾਹ ਕਰੀ ਜਾਂਦਾ ਉਲਟੀਆਂ ਸਿਕਸ਼ਾ ਦੇਈ ਜਾਂਦਾ। ਅਤੇ ਉਹਨਾਂ ਨੇ ਫਿਰ ਇਸ ਕਰਕੇ ਮਾਰਿਆ ਸੀ ਉਸ ਨੂੰ। ਉਸ ਸਾਊਥ ਇੰਡੀਆ 'ਚ ਕੋਈ ਭਗਤ ਨਹੀਂ ਹੋਇਆ ਕਿਉਂ ਉਹਨਾਂ ਕੋਲ ਸ਼ਰਮ ਹੈਗੀ ਉਹਨਾਂ ਕੋਲ ਧਰਮ ਹੈਗਾ। ਸ਼ਰਮ ਧਰਮ ਤੋਂ ਇੱਛਾ ਭੁੱਖ ਲੋਏ ਕੂੜ ਫਿਰ ਪ੍ਰਧਾਨ ਮੇ ਲਾ ਲਓ। ਜਿੱਥੇ ਕੂੜ ਹੈਗਾ ਮਿਡ ਇੰਡੀਆ ਤੋਂ ਉੱਪਰ ਕੂੜ ਚੱਲ ਪੈਂਦਾ ਹੈਗਾ ਅਤੇ ਕੂੜ ਦਾ ਐਪੀ ਸੈਂਟਰ ਜਿਹੜਾ ਹੈਗਾ ਉਹ ਅੰਮ੍ਰਿਤਸਰ ਹੈਗਾ। ਬਨਾਰਸ ਦੇ ਠੱਗ ਦਾ ਸੁਣਿਆ ਹੈਗਾ ਇਹ ਹੈਗੇ ਅੰਮ੍ਰਿਤਸਰੀਏ ਠੱਗ। ਅੰਮ੍ਰਿਤਸਰੀਏ ਠੱਗ ਬਨਾਰਸ ਦੇ ਠੱਗਾਂ ਦੇ ਪਿਓ ਹੈਗੇ ਨੇ ਉਹਨਾਂ ਦੇ। ਅਤੇ ਤੁਸੀਂ ਇਹ ਦੇਖ ਲਓ ਜਿਹੜੇ ਪੋਚੜੀਆਂ ਪਾਚੜੀਆਂ ਪੱਗਾਂ ਬੰਨ ਕੇ ਤਾਂ ਦਾੜੀਆਂ ਦੂੜੀਆਂ ਰੱਖ ਕੇ ਤਾਂ ਚੋਲੇ ਚਾਲੇ ਪਾ ਕੇ ਫਿਰਦੇ ਨੇ ਇਹ ਇਹ ਸੰਤ ਨਹੀਂ ਹੈਗੇ ਇਹ ਪਖੰਡੀ ਹੈਗੇ ਨੇ। ਭਿੰਡਰਾਂ ਵਾਲਾ ਨਾ ਸਿੱਖ ਸੀਗਾ ਅਤੇ ਨਾ ਖਾਲਸਾ ਸੀਗਾ। ਸਿੱਖ ਭਾਈ ਘਨੱਈਆ ਜੀ ਹੋਏ ਨੇ ਹਰ ਇੱਕ ਨਾਲ ਵਿਤ ਬਗੈਰ ਵਿਤਕਰੇ ਦੇ ਉਹਨਾਂ ਨੇ ਹਰ ਇੱਕ ਨੂੰ ਪਾਣੀ ਪਿਲਾਇਆ। ਉਹਨੂੰ ਭਿੰਡਰਾਂ ਵਾਲੇ ਨੂੰ ਕਹਿ ਕੇ ਦੇਖ ਲਓ ਤਾਂ ਮਾੜਾ ਜਿਹਾ ਉਹ ਅੱਖ ਚੱਕ ਕੇ ਮਾਰਦਾ ਤੁਹਾਡੇ ਵੀ ਇਹਨੂੰ ਉਡਾ ਦਿਓ ਇਹਦੀ ਇਹਨੂੰ ਮਾਰ ਦਿਓ। ਅਤੇ ਨਾਲੇ ਹੈਗਾ ਦੂਜਾ ਉੱਥੇ ਹਰਿਮੰਦਰ ਸਾਹਿਬ ਕੰਪਲੈਕਸ ਜਿਹੜਾ ਹੈਗਾ ਸਿੱਖ ਭਗਤਨ ਅਤੇ ਨਿਰਮਲੇ ਸੰਤਨ ਲਈ ਹੈਗਾ ਗੁਣ ਗਾਉਣ ਲਈ ਪਾਰ ਬ੍ਰਹਮ ਦੇ। ਇੱਥੇ ਜਿਹੜਾ ਨਾ ਆਪਣੇ ਸਿੱਖ ਭਗਤਨ ਅਤੇ ਨਿਰਮਲੇ ਸੰਤਾਂ ਦਾ ਕਰੂਰਾ ਰਹਿੰਦਾ ਹੈਗਾ ਹਿੰਦੂ ਅਤੇ ਖਾਲਸੇ ਦਾ ਰਹਿੰਦਾ ਹੈਗਾ। ਇਸ ਕਰਕੇ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ ਸ਼ਿਵ ਦੇ ਮੰਦਰਾਂ 'ਚ ਜਾਂਦੇ ਹੁੰਦੇ ਸੀਗੇ ਉੱਥੋਂ ਭਰਤੀ ਕਰਦੇ ਹੁੰਦੇ ਸੀ ਖਾਲਸੇ ਅਤੇ ਬਾਕੀ ਜਿਹਨਾਂ ਨੂੰ ਉਹਨਾਂ ਨੂੰ ਪੈਸੇ ਦਿੰਦੇ ਸੀਗੇ ਬੰਦੇ ਦੇ ਪੁੱਤਰ ਸਨ ਜਿੱਦਾਂ ਬਰਾੜ ਸੀ ਉਹਨਾਂ ਨੂੰ ਪੈਸੇ ਦੇ ਕੇ ਉਹ ਕੰਮ ਉਹ ਲੜਦੇ ਸੀਗੇ। ਅਤੇ ਇਹ ਖਾਲਸੇ ਦਾ ਕੰਮ ਹੈਗਾ ਦੋਨਾਂ ਦਾ ਹਿੰਦੂ ਅਤੇ ਖਾਲਸੇ ਦਾ ਕਰੂਰਾ ਰਲਦਾ ਹੈਗਾ। ਸਿੱਖ ਭਗਤ ਅਤੇ ਨਿਰਮਲ ਸੰਤਾਂ ਦਾ ਕਰੂਰਾ ਨਹੀਂ ਰਲਦਾ ਖਾਲਸੇ ਨਾਲ। ਇਸ ਕਰਕੇ ਸੱਚੇ ਪਾਤਸ਼ਾਹ ਕੁਬੇਰ ਸਿੰਘ ਜੀ ਹਰਿਮੰਦਰ ਸਾਹਿਬ ਨਹੀਂ ਆਏ। ਜੇ ਉਹ ਨਹੀਂ ਆਏ ਪਿਓ ਨਹੀਂ ਖਾਲਸੇ ਦਾ ਆਇਆ ਤੇ ਇਹ ਪੁੱਤਰ ਉੱਥੇ ਕੀ ਕਰਦਾ ਸੀਗਾ। ਕਿਰਪਾਨਾ ਚੱਕੀ ਫਿਰਦੇ ਨੇ ਹੁਣ ਵੀ ਚੱਕੀ ਫਿਰਦੇ ਨੇ ਤੁਰੇ ਫਿਰਦੇ ਨੇ ਉੱਥੇ ਕਿਰਪਾਨਾ ਚੱਕ ਕੇ ਇਹ ਮਰਨਗੇ ਚੰਗੀ ਤਰ੍ਹਾਂ। ਇਹ ਜਨੂਨ ਜਿਹੜਾ ਹੈਗਾ ਜਨੂਨੀ ਜਿਹੜੇ ਹੈਗੇ ਨੇ ਇਹਨਾਂ ਨੂੰ ਇਹ ਤਦੇ ਜਿਹੜਾ ਬਾਰਡਰ ਹੈਗਾ ਨਾ ਪਾਕਿਸਤਾਨ ਦਾ ਇੰਡੀਆ ਦਾ ਉਹ ਇਸ ਜਗ੍ਹਾ ਧਰਤੀ 'ਤੇ ਕੱਢੇ ਜਿੱਥੇ ਸਾਰਿਆਂ ਨਾਲੋਂ ਜ਼ਿਆਦਾ ਜਨੂਨੀ ਹੈਗੇ ਨੇ। ਅੰਮ੍ਰਿਤਸਰੀਏ ਅਤੇ ਲਾਹੌਰੀਏ ਇਹ ਦੋਨੋਂ ਬੇਈਮਾਨ ਹੈਗੇ ਨੇ ਪੱਕੇ। ਅਤੇ ਇਹਨਾਂ ਨੇ ਫਿਰ ਮਰਨਾ ਹੈਗਾ ਜਦ ਇੰਡੀਆ ਪਾਕਿਸਤਾਨ ਦੀ ਲੜਾਈ ਲੱਗੀ। ਲੜਨੀ ਜ਼ਰੂਰ ਹੈਗੀ ਮਾਝਾ ਮੈਦਾ ਦੁਆਬਾ ਦਲੀਆ ਅਤੇ ਮਾਲਵਾ ਦੋ ਪਾੜੇ ਹੋਣਾ ਹੈਗਾ। ਜਦੋਂ ਇਹ ਰੋਹਤਕ ਤਾਈਂ ਜਾਂ ਪਹੁੰਚੇ ਨਾ ਉਦੋਂ ਜਾਟ ਉੱਥੇ ਦੇ ਜੱਟ ਕਰਾਉਂਦੇ ਨੇ। ਉਹਨਾਂ ਜੱਟਾਂ ਨੇ ਫਿਰ ਪਛਾਣ ਲੈਣ ਵੀ ਸਾਡੇ ਜੱਟ ਭਰਾ ਹੈਗੇ ਤਾਂ ਫਿਰ ਲੜਾਈ ਰੁਕੇਗੀ ਉੱਥੇ। ਬਹੁਤ ਕੁਛ ਹੋਣ ਵਾਲਾ ਹੈਗਾ। ਹੁਣ ਕਰ ਕਿਰਪਾ ਜਿਸ ਦੇ ਸਵਾਮੀ ਬਿਰਲੇ ਕਾਹੂ ਜਾਣਾ। ਇਹ ਕੋਈ ਬਿਰਲਾ ਹੀ ਜਾਣਦਾ ਹੈਗਾ ਕੋਟਨ ਮੇਂ ਏਕ ਹੈਗਾ ਸਿੱਖ। ਸਿੱਖ ਕੋਟਨ ਮੇਂ ਏਕ ਹੈਗਾ ਪਗੜੀ ਅਤੇ ਦਾੜੀ ਨਾਲ ਸਿੱਖ ਨਹੀਂ ਬਣਦਾ। ਕ੍ਰਿਸਚੈਨਿਟੀ 'ਚ ਵਨ ਇਨ ਏ ਥਾਊਜ਼ੈਂਡ ਐਂਡ ਟੂ ਇਨ 10,000। ਕ੍ਰਿਸਚੈਨਿਟੀ 'ਚ ਇਹ ਚੀਜ਼ ਨੂੰ ਛੇਤੀ ਪਛਾਣ ਜਾਣਗੇ। ਜਿਹੜੇ ਉੱਥੇ ਦੇ ਹੈਗੇ ਭੂਤਰੇ ਹੋਏ ਹੈਗੇ ਨਾ ਆਪਣੇ ਆਪ ਨੂੰ ਸਿੱਖ ਕਰਾਉਂਦੇ ਅਤੇ ਪਾਈਆਂ ਹੋਈਆਂ ਗਾਤਰੇ ਪਾਏ ਕਿਰਪਾਨਾ ਕਿਹਦੇ ਮਾਰਨ ਲਈ ਉਹ ਕਿਰਪਾਨ। ਗੁਰਦੁਆਰਿਆਂ 'ਚ ਕਿਰਪਾਨਾਂ ਰੱਖੀਆਂ ਹੋਈਆਂ ਨੇ। ਗੁਰਦੁਆਰੇ 'ਚ ਹੈਗਾ ਵੀ ਸਿੱਖ ਭਗਤਾਂ ਲਈ ਹੈਗਾ ਨਾ ਕੋਈ ਬੈਰੀ ਨਾ ਇਹ ਬਗਾਨਾ ਕਹਿੰਦੇ ਗਾਉਂਦੇ ਨੇ ਅਤੇ ਉੱਥੇ ਪਾਈਆਂ ਹੋਈਆਂ ਕਿਰਪਾਨਾਂ ਰੱਖੀਆਂ। ਉਹਨਾਂ ਨੂੰ ਪੁੱਛੇ ਕਿਹਦੇ ਮਾਰਨੀਆਂ ਨੇ ਜਦੋਂ ਇਲੈਕਸ਼ਨ ਹੁੰਦੀ ਨਾ ਉਦੋਂ ਇੱਕ ਦੂਜੇ ਦੇ ਮਾਰਦੇ ਉਹ ਵੀ ਚੱਕ ਕੇ। ਅਤੇ ਇਹ ਜਿੰਨੇ ਇਹ ਬੇਵਕੂਫ ਨੇ ਇੰਨਾ ਕੋਈ ਵੀ ਨਹੀਂ ਦੁਨੀਆਂ 'ਚ ਮਿਲਣਾ ਤੁਹਾਨੂੰ। ਇੱਕ ਨੰਬਰ ਦੇ ਫਨੈਟਿਕ ਅਤੇ ਇੱਕ ਨੰਬਰ ਦੀ ਸਫਰਿੰਗ ਹੋਏਗੀ।